ਦੇ ਅਨੁਸਾਰ 50 ਤੋਂ 60 ਕਰੋੜ ਦਾ ਸਮਾਨ ਤਾਂ ਕੇਵਲ ਦਿੱਲੀ 에ਅਰਪੋਰਟ ਤੇ ਰਹਿ ਜਾਂਦਾ ਹੈ ਇੱਕ ਅਧਿਕਾਰੀ ਦੇ ਦੱਸਣ ਅਨੁਸਾਰ ਇੱਕ ਰਿਪੋਰਟ ਦੇ ਦੱਸਣ ਦੇ ਅਨੁਸਾਰ ਤੇ ਸੋਨੇ ਦੇ ਮਾਮਲੇ 'ਚ ਕੀ ਹੁੰਦਾ ਹੈ ਸੋਨਾ ਜਦੋਂ ਫੜਿਆ ਜਾਵੇ ਤਾਂ ਸਤਿ ਸ਼੍ਰੀ ਅਕਾਲ ਜੀ ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦੋਸਤਾਂ ਮਿੱਤਰਾਂ ਪਿਆਰਿਆਂ ਦਾ ਮੈਂ ਸਵਾਗਤ ਕਰਦਾ ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਡੇ ਨਾਲ ਇੱਕ ਬਹੁਤ ਹੀ ਖਾਸ ਜਾਣਕਾਰੀ ਸਾਂਝੀ ਕਰਨੀ ਹੈ ਹਰ ਵਾਰ ਤੁਹਾਡੇ ਨਾਲ ਕਿਸੇ ਸਮਾਜ ਨਾਲ ਜੁੜੀ ਹੋਈ ਗੱਲਬਾਤ ਆਪਾਂ ਲੈ ਕੇ ਆਉਂਦੇ ਰਹਿੰਦੇ ਹਾਂ ਕੋਈ ਸੰਗੀਤ ਜਗਤ ਨਾਲ ਹੋਵੇ ਕੋਈ ਧਾਰਮਿਕ ਜਾਂ ਰਾਜਨੀਤਿਕ ਖੇਤਰ ਦੇ ਨਾਲ ਜੁੜੀ ਹੋਈ ਗੱਲ ਹੋਵੇ ਤਾਂ ਆਪਾਂ ਉਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਹਾਂ ਅਤੇ ਅੱਜ ਆਪਾਂ ਜਾਣਕਾਰੀ ਤੁਹਾਡੇ ਨਾਲ ਇੱਕ ਅਜਿਹੀ ਸਾਂਝੀ ਕਰਨੀ ਹੈ ਜਿਹੜੀ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗੀ ਇਹ 에ਅਰਪੋਰਟ ਦੇ ਨਾਲ ਜੁੜੀ ਹੋਈ ਹੈ ਅਤੇ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ 에ਅਰਪੋਰਟ ਦੇ ਨਾਲ ਆਪਣਾ ਸਾਰਿਆਂ ਦਾ ਵਾਹਵਾ ਪੈਂਦਾ ਹੈ ਬਹੁਤ ਸਾਰੇ ਲੋਕ ਪ੍ਰਵਾਸ ਕਰ ਰਹੇ ਆ ਪੰਜਾਬ ਦੇ ਵਿੱਚੋਂ ਵੀ ਬਹੁਤ ਪ੍ਰਵਾਸ ਹੋ ਰਿਹਾ ਹੈ ਭਾਰਤ ਦੇ ਵਿੱਚੋਂ ਵੀ ਬਹੁਤ ਪ੍ਰਵਾਸ ਹੋ ਰਿਹਾ ਹੈ ਪੰਜਾਬ ਦੇ ਵਿੱਚੋਂ ਖਾਸ ਕਰਕੇ ਹੀ ਹੋ ਰਿਹਾ ਬਹੁਤ ਸਾਰੇ ਕੇਸ ਵੀ ਸਾਹਮਣੇ ਆ ਰਹੇ ਨੇ ਤਾਂ ਪ੍ਰਵਾਸ ਜਦੋਂ ਆਪਾਂ ਕਰਦੇ ਹਾਂ ਤਾਂ ਸਾਰੇ ਜਿਹੜੇ ਦੋਸਤ ਆ ਉਹ 에ਅਰਪੋਰਟ ਦੇ ਰਾਹੀਂ ਜਾਂਦੇ ਆ ਤਾਂ ਸਾਖ ਸੰਬੰਧੀਆਂ ਨੂੰ ਭਾਵੇਂ ਆਪਾਂ ਚੜਾਉਣ ਗਏ ਹੋਈਏ ਭਾਵੇਂ ਖੁਦ ਜਾਈਏ ਤਾਂ 에ਅਰਪੋਰਟ ਦੇ ਰਾਹੀਂ ਆਪਾਂ ਨੂੰ ਲੰਘ ਕੇ ਜਾਣਾ ਪੈਂਦਾ ਹੈ ਅਤੇ 에ਅਰਪੋਰਟ 'ਤੇ ਵੀ ਬਹੁਤ ਕੁਝ ਘਟਦਾ ਹੈ ਬਹੁਤ ਸਾਰੇ ਦੋਸਤ ਰੁਜ਼ਗਾਰ ਲਈ ਵਿਦੇਸ਼ ਜਾਂਦੇ ਆ ਬਹੁਤ ਸਾਰੇ ਦੋਸਤ ਘੁੰਮਣ ਫਿਰਨ ਦੇ ਵਾਸਤੇ ਵਿਦੇਸ਼ ਜਾਂਦੇ ਆ ਵਪਾਰ ਲਈ ਵੀ ਬਹੁਤੇ ਲੋਕ ਵਿਦੇਸ਼ ਜਾਂਦੇ ਆ ਤਾਂ ਸਾਰਿਆਂ ਦੇ ਨਾਲ ਇੱਕ ਘਟਨਾ ਅਕਸਰ ਹੀ ਵਾਪਰ ਜਾਂਦੀ ਹੈ ਵੈਸੇ ਤਕਰੀਬਨ ਬਹੁਤ ਸਾਰੇ ਲੋਕਾਂ ਨਾਲ ਵਾਪਰਦੀ ਹੈ ਕਿ ਬਹੁਤ ਸਾਰਾ ਸਮਾਨ 에ਅਰਪੋਰਟ 'ਤੇ ਛੱਡਣਾ ਪੈਂਦਾ ਹੈ ਜਾਂ ਫਿਰ ਜ਼ਬਤ ਕਰ ਲਿਆ ਜਾਂਦਾ ਹੈ ਉਸਦੇ ਪਿੱਛੇ ਕਾਰਨ ਇਹ ਆ ਕੋਈ ਤਾਂ ਚੀਜ਼ਾਂ 'ਤੇ ਟੈਕਸ ਲੱਗਦੇ ਉਹ ਟੈਕਸ ਦੇਣਾ ਪੈਂਦਾ ਹੈ ਜੇਕਰ ਟੈਕਸ ਨਹੀਂ ਦਿੰਦੇ ਤਾਂ ਸਾਨੂੰ ਉੱਥੇ ਚੀਜ਼ ਛੱਡਣੀ ਪੈਂਦੀ ਹੈ ਅਤੇ ਨੰਬਰ 2 'ਤੇ ਇਹ ਆ ਕਿ ਬਹੁਤ ਸਾਰੀਆਂ ਚੀਜ਼ਾਂ ਵੈਸੇ ਵੀ ਰਹਿ ਜਾਂਦੀਆਂ ਬਹੁਤ ਸਾਰੇ ਲੋਕ ਭੁੱਲ ਵੀ ਜਾਂਦੇ ਆ ਬਹੁਤ ਸਾਰੇ ਲੋਕਾਂ ਦੀਆਂ ਚੀਜ਼ਾਂ ਨੂੰ ਜ਼ਬਤ ਇਸ ਕਰਕੇ ਕੀਤਾ ਜਾਂਦਾ ਹੈ ਕਿਉਂਕਿ ਉਹ ਸਮਗਲਿੰਗ ਦੇ ਵਿੱਚ ਆਉਂਦੀਆਂ ਨੇ ਬਹੁਤ ਸਾਰਾ ਨਸ਼ਾ ਵੀ ਜ਼ਬਤ ਕੀਤਾ ਜਾਂਦਾ ਹੈ 에ਅਰਪੋਰਟ ਦੇ ਅਧਿਕਾਰੀਆਂ ਵੱਲੋਂ 에ਅਰਪੋਰਟ ਦੇ ਅਧਿਕਾਰੀਆਂ ਵੱਲੋਂ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਜ਼ਬਤ ਕੀਤੀਆਂ ਜਾਂਦੀਆਂ ਜਿਨ੍ਹਾਂ ਦੇ ਉੱਪਰ ਟੈਕਸ ਲੱਗਦਾ ਹੈ ਹੁਣ ਜਿਨ੍ਹਾਂ ਚੀਜ਼ਾਂ 'ਤੇ ਟੈਕਸ ਲੱਗਦਾ ਹੈ ਉਹਨਾਂ ਚੀਜ਼ਾਂ ਦੇ ਵਾਸਤੇ ਇੱਕ ਫਾਰਮ ਭਰਨਾ ਪੈਂਦਾ ਔਰ ਉਸ ਫਾਰਮ ਨੂੰ ਭਰਨ ਤੋਂ ਬਾਅਦ ਇੱਕ ਲੰਘਣ ਵਾਸਤੇ ਚੈਨਲ ਵੀ ਅਲੱਗ ਅਲੱਗ ਬਣੇ ਹੁੰਦੇ ਆ ਇੱਕ ਗ੍ਰੀਨ ਚੈਨਲ ਹੁੰਦਾ ਇੱਕ ਰੈੱਡ ਚੈਨਲ ਹੁੰਦਾ ਹੈ ਜਿਹੜੇ ਲੋਕਾਂ ਨੇ ਇੱਕ ਖਾਸ ਤਰ੍ਹਾਂ ਦਾ ਕੋਈ ਸਮਾਨ ਲਿਆਉਂਦਾ ਹੁੰਦਾ ਹੈ ਟੈਕਸ ਵਾਲਾ ਸਮਾਨ ਲਿਆਉਂਦਾ ਹੁੰਦਾ ਹੈ ਉਹਨਾਂ ਨੂੰ ਰੈੱਡ ਚੈਨਲ ਵੈਦੀ ਲੰਘਣਾ ਪੈਂਦਾ ਹੈ ਅਤੇ ਜਿਨ੍ਹਾਂ ਨੇ ਫਾਰਮ ਨਹੀਂ ਭਰਿਆ ਹੁੰਦਾ ਆਮ ਵਸਤੂਆਂ ਹੀ ਉਹਨਾਂ ਦੇ ਕੋਲ ਹੁੰਦੀਆਂ ਨੇ ਉਹ ਗ੍ਰੀਨ ਚੈਨਲ ਵਿੱਚੋਂ ਲੰਘਦੇ ਆ ਹੁਣ ਜਿਹੜੇ ਕੋਈ ਜਿਨ੍ਹਾਂ ਦਾ ਸਮਾਨ ਕੋਈ ਉਹੋ ਜਿਹਾ ਹੁੰਦਾ ਹੈ ਜਿਹਦੇ ਉੱਪਰ ਟੈਕਸ ਲੱਗਣਾ ਹੁੰਦਾ ਹੈ ਪਰ ਉਹ ਲੰਘ ਗ੍ਰੀਨ ਚੈਨਲ ਦੇ ਵਿੱਚੋਂ ਜਾਂਦੇ ਅਤੇ ਫਾਰਮ ਨਹੀਂ ਭਰਦੇ ਅਤੇ ਉਹਨਾਂ ਦਾ ਸਮਾਨ ਵੀ ਜ਼ਬਤ ਕਰ ਲਿਆ ਜਾਂਦਾ ਹੈ ਉਦਾਹਰਣ ਦੇ ਵਜੋਂ ਆਪਾਂ ਗੱਲ ਕਰੀਏ ਕਿ ਸ਼ਰਾਬ ਦੀ ਇੱਕ ਅੱਧੀ ਬੋਤਲ ਤਾਂ ਚੱਲ ਜਾਂਦੀ ਹੈ ਪਰ ਜਦੋਂ ਜ਼ਿਆਦਾ ਸ਼ਰਾਬ ਦੀਆਂ ਬੋਤਲਾਂ ਹੋਣ ਤਾਂ ਉਹਨਾਂ ਨੂੰ ਵੀ ਜ਼ਬਤ ਕਰ ਲਿਆ ਜਾਂਦਾ ਹੈ ਕਿਉਂਕਿ ਅਜਿਹੀਆਂ ਵਸਤੂਆਂ ਦੇ ਉੱਪਰ ਸਰਕਾਰ ਵੱਲੋਂ ਟੈਕਸ ਲਾਇਆ ਜਾਂਦਾ ਹੈ ਜਿਵੇਂ ਕਿ LED ਦੇ ਉੱਪਰ 36% ਟੈਕਸ ਲੱਗਦਾ ਹੈ LED LCD ਵਰਗੀਆਂ ਚੀਜ਼ਾਂ ਦੇ ਉੱਪਰ 36% ਟੈਕਸ ਲੱਗਦਾ ਹੈ ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਦੇ ਉੱਪਰ ਟੈਕਸ ਲੱਗਦਾ ਹੈ ਔਰ ਦੇਸ਼ਾਂ ਦੇ ਹਿਸਾਬ ਨਾਲ ਵੀ ਹੈ ਵੀ ਤੁਸੀਂ ਕਿਹੜੇ ਦੇਸ਼ ਦੇ ਵਿੱਚੋਂ ਕਿੰਨਾ ਸਮਾਨ ਲਿਆ ਸਕਦੇ ਹਾਂ ਜਿਵੇਂ ਭੂਟਾਨ ਵਰਗੇ ਦੇਸ਼ ਆ ਛੋਟੇ ਦੇਸ਼ ਆ ਹੋਰ ਉਹਨਾਂ ਦੇ ਵਿੱਚੋਂ ਤੁਸੀਂ ਥੋੜ੍ਹੇ ਦਾ ਸਮਾਨ ਲਿਆ ਸਕਦੇ ਹੋ ਅਮੈਰੀਕਾ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚੋਂ ਜ਼ਿਆਦਾ ਸਮਾਨ ਵੱਧ ਤੋਂ ਵੱਧ ਲਿਆ ਸਕਦੇ ਹੋ 50-60 ਹਜ਼ਾਰ ਤੱਕ ਤੁਸੀਂ ਸਮਾਨ ਲਿਆ ਸਕਦੇ ਹੋ ਔਰ ਇਸ 'ਤੇ ਇਹ ਵੀ ਆ ਕਿ ਤੁਸੀਂ ਕਿੰਨਾ ਸਮਾਂ ਲਾਇਆ ਹੈ ਇਹ ਵੀ ਮੈਟਰ ਕਰਦਾ ਹੈ ਕਿ ਤੁਸੀਂ ਕਿੰਨਾ ਸਮਾਂ ਕਿਸ ਦੇਸ਼ ਦੇ ਵਿੱਚ ਲਾਇਆ ਹੈ ਅਤੇ ਉਨਾ ਸਮਾਨ ਤੁਸੀਂ ਨਾਲ ਆਪਣੇ ਕੈਰੀ ਕਰ ਸਕਦੇ ਹੋ ਵੀ ਕਿੰਨਾ ਸਮਾਂ ਤੁਸੀਂ ਉਹ ਦੇਸ਼ ਦੇ ਵਿੱਚ ਲਾਇਆ ਅਤੇ ਉਸ ਤਰੀਕੇ ਦੇ ਨਾਲ ਤੁਹਾਡੇ ਸਮਾਨ ਦੀ ਲਿਮਿਟ ਵੱਧ ਜਾਂਦੀ ਹੈ ਬਈ ਤੁਸੀਂ ਇੰਨਾ ਸਮਾਨ ਲਿਆ ਸਕਦੇ ਹੋ ਇੰਨੇ ਦਾ ਸਮਾਨ ਲਿਆ ਸਕਦੇ ਹੋ ਇਸੇ ਤਰ੍ਹਾਂ ਹੀ ਨਗਦੀ ਹੈ $10,000 ਤੋਂ ਤੁਸੀਂ ਜ਼ਿਆਦਾ ਜੇਕਰ ਲਿਆਉਣੇ ਹੋ ਤਾਂ ਉਹ ਤੁਹਾਨੂੰ ਡਿਕਲੇਅਰ ਕਰਨਾ ਪੈਂਦਾ ਹੈ ਵੀ ਇਹ ਕਿਵੇਂ ਲਿਆਂਦੀ ਹੈ ਔਰ ਇਸ ਤੋਂ ਬਾਅਦ ਗੱਲ ਆਉਂਦੀ ਹੈ ਵੀ ਜ਼ਬਤ ਕੀਤਾ ਹੋਇਆ ਸਮਾਨ ਕਿੱਥੇ ਜਾਂਦਾ ਹੈ ਹੁਣ ਆਪਾਂ ਇਹ ਗੱਲ ਕਰਾਂਗੇ ਕਿ ਜਿਹੜਾ ਜ਼ਬਤ ਹੁੰਦਾ ਹੈ ਉਹ ਸਮਾਨ ਕਿੱਥੇ ਜਾਂਦਾ ਹੈ ਦੋਸਤੋ ਜਿਹੜੀ ਚੀਜ਼ ਕੋਈ ਭੁੱਲ ਜਾਂਦਾ ਹੈ ਉਹ ਚੀਜ਼ ਜਾਂ ਤਾਂ 에ਅਰਲਾਈਨ ਵਾਲਿਆਂ ਵੱਲੋਂ CWC ਨੂੰ ਸੌਂਪ ਦਿੱਤੀ ਜਾਂਦੀ ਹੈ ਜਿਹੜੇ 에ਅਰਲਾਈਨ 'ਚ ਆਪਾਂ ਭੁੱਲੇ ਹੁੰਦੇ ਹਾਂ ਚੀਜ਼ ਉਹ 에ਅਰਲਾਈਨ ਵਾਲੇ CWC ਮਹਿਕਮੇ ਨੂੰ ਉਹ ਚੀਜ਼ ਪਹੁੰਚਾ ਦਿੰਦੀ ਉਹਨਾਂ ਅਧਿਕਾਰੀਆਂ ਕੋਲ ਪਹੁੰਚਾ ਦਿੰਦੇ ਆ CWC ਹੈਗਾ ਸੈਂਟਰਲ ਵੇਅਰ ਹਾਊਸਿੰਗ ਕਾਰਪੋਰੇਸ਼ਨ ਇਸਦਾ ਨਾਮ ਹੈ ਇਹਨਾਂ ਨੂੰ ਇਹ ਚੀਜ਼ ਸੌਂਪ ਦਿੱਤੀ ਜਾਂਦੀ ਹੈ ਫਿਰ ਇਹ ਚੀਜ਼ ਜਿਹੜੀ ਆਪਾਂ ਭੁੱਲੇ ਹੁੰਦੇ ਹਾਂ ਉਹ 3 ਮਹੀਨੇ ਤੱਕ ਉਹਨਾਂ ਦੇ ਕੋਲ ਰਹਿੰਦੀ ਹੈ ਇਸੇ ਤਰ੍ਹਾਂ ਹੀ ਕੋਈ ਚੀਜ਼ ਆਪਾਂ ਇੱਥੇ ਕਿਸੇ ਟਿਕਟ ਕਾਊਂਟਰ 'ਤੇ ਭੁੱਲ ਜਾਂਦੇ ਹਾਂ ਜਾਂ ਫਿਰ ਫੋਨ ਕਰਦੇ ਕੋਈ ਚੀਜ਼ ਭੁੱਲ ਗਏ ਤਾਂ ਉਹ ਚੀਜ਼ ਚੱਕ ਕੇ
उन्होंने उन्हां कोल सेंटर वेयर हाउसिंग वालों को पहुँचा देनी है और उन्होंने वो चीज़ को 3 महीने तक रखना है। जेकर कोई चीज़ फड़ी भी जाती है यानी कि जिहड़ी ते उपर टैक्स लगता है वो टैक्स भर के आपां लिजा सकते हैं, जेकर नहीं ले जाते तो वह भी इन्हां कोल जाती है, फिर इस नूं रख लिया जाता है 3 महीने वास्ते, पर इस तों बाद इसकी नीलामी की जाती है। 3 महीने बाद इसकी एक खास कमेटी बना के वह कमेटी इसकी तय करती है, इसकी कीमत तय करती है सारिया चीज़ों की, और कीमत तय करने तो बाद एक नीलामी की जाती है, नीलामी के उन्होंने चीज़ों को खरीद लिया जाता है। और नीलामी का भी यह हिसाब होता है कि जेकर 5 लाख तो घट हो सीधे तुम फर्स्ट कम तो पहला आऊगा जोड़ा वो पहला ले जूगा, मतलब जोड़ा पहला आता उन्होंने पहला दे दी जाती है वो चीज़, 5 लाख तो घट हो जेकर ज़्यादा हो फिर नीलामी की जाती है, और नीलामी के आधार पर वो चीज़ उस व्यक्ति नीलामी के जितने वाले दी जाती है। और इस तरह ही जी आप कह दें कि सोना वर्गियां वस्तुआं समगलिंग वाली वस्तुआं वो कितने जाने ने, जी समगलिंग वाला कोई नशा पत्ता जिमें तंबाकू हैरोइन वगैरह होर चीज़ा है, इन्हां चीज़ों तो नारकोटिक्स कंट्रोल वालों को सौंप दिता जाता है, तो उन्होंने मौजूदगी दे विच इन्हां सारियां चीज़ां नष्ट किया जाता है, एजेंसियां दे ग्राउंड दे विच जाके उन्हां चीज़ां नूं जां तां मचाया जाता है, जला दिता जाता है, और जां फिर उन्हां नूं नष्ट कर दिता जाता है किसी भी तरीके दे नाल। ते सोने दे मामले च की हुंदा है, सोना जदों फड़िया जाए तो कोर्ट दे आर्डरां दे नाल एक कमेटी बनाई जाती है, और वह कमेटी अधिकारियों की मौजूदगी दे विच बहुत सारे अधिकारियों की मौजूदगी दे विच फैसला करती है। इस तों बाद इंडियन ट्रेजरी दे विच इह जिहड़ा सोना है इसनूं जमा करवा दिता जाता है। इस तरह ही होर बड़ियां चीज़ां ने जिहड़ियां चीज़ां की आपां समगलिंग मन सकते हैं नशे तो बिना, उन्हां चीज़ां नूं इस तरीके दे नाल सरकार दे हवाले कर दिता जाता है। कुछ चीज़ां जिहड़ियां उह लोक जिहड़ियां अपनियां भुल जाते हैं जां फिर जिहड़ियां चीज़ां वरतों वालियां होंदियां ने उह अपना टैक्स जमा करवा के वापस लिजा सकते हैं, जेकर नहीं लिजाते तो उन्हां दी नीलामी होंदी है। और इस तरह ही यह तो हो गया कि विदेश दे विच जिहड़ी चीज़ आती है वह कि इंटरनेशनल उड़ाना दे वास्ते सी, जिहड़ियां इंटरनेशनल लोक जाते हैं भारत तो बाहर जाते हैं उन्होंने वास्ते सी, पर जिहड़े भारत दे विच रहिंदे आ ते एक शहर तो दूजे शहर तक जाना हुंदा, एक सिटी तो दूजी सिटी तक जाते हैं तो वो जिहड़ा समान भुल जाते हैं तो उहदा की हुंदा है, वह जां तां व्यक्ति आप ही आन के लिजा सकता है जां फिर कोई अथॉरिटी वाला व्यक्ति भेजा जा सकता है, आईडी कार्ड जिसका होवे तां वह उसका समान वापस लिजा सकता है, वह CISF नूं सौंपया जाता है, जिहड़ी सिक्योरिटी हुंदी है उन्हां नूं सौंपया जाता है। पर जेकर कोई नहीं लैण आउंदा बहुत सारा समान रह जाता है, वह समान जां तां NGOs नूं दे दित्ता जाता है जां बहुत सारा समान नष्ट भी कर दिता जाता है। ये उस अधिकारियों के कहने के अनुसार 50 तो 60 करोड़ का समान तो केवल दिल्ली एयरपोर्ट पर रह जाता है, एक अधिकारी के दसन अनुसार, एक रिपोर्ट के दसन के अनुसार बहुत सारा समान दिल्ली एयरपोर्ट के उपर 50 तो 60 करोड़ का समान जिहड़ा वो दिल्ली एयरपोर्ट के उपर रहिंदा है। और यह जानकारी दोस्तों तुहानू किस तरह की लगी है अपने सुझाव विचार नीचे कमेंट बॉक्स के दस्यो, मैनू यह लग्या कि जानकारी थोड़ी वक्री जानकारी अपने दोस्तों नाल सांझी की जाए, उम्मीद है तुहानू यह जानकारी पसंद आ ਵੇਗੀ। ਮੈਨੂੰ ਤੁਸੀਂ ਹਰ ਜਗ੍ਹਾ ਦੇ ਉੱਪਰ ਫੋਲੋ ਕਰ ਸਕਦੇ ਹੋ, ਇੰਸਟਾਗ੍ਰਾਮ ਫੇਸਬੁੱਕ ਟਵਿੱਟਰ ਦੇ ਉੱਪਰ ਇੱਕੋ ਨਾਮ ਦੇ ਨਾਲ ਹੀ ਮੇਰਾ ਅਕਾਊਂਟ ਹੈ ਉਹ ਹੈ ਵਰਿੰਦਰ ਔਲਖ। ਸਾਰੇ ਦੋਸਤਾਂ ਦਾ ਬਹੁਤ ਧੰਨਵਾਦ ਹੈ ਜੀ, ਸਤਿ ਸ਼੍ਰੀ ਅਕਾਲ।